ਮੈਂ ਪਾਰਟੀ ਹਾਈ ਕਮਾਂਡ ਦਾ ਆਬਜੈਕਟ ਕਰਨਾ ਜਿਹਨਾਂ ਨੇ ਇੱਕ ਵਰਕਰ ਨੂੰ ਮੁਕਰਤਾ। ਮੈਂ ਕਦੀ ਆਪਣੇ ਆਪ ਨੂੰ ਐਮ ਐਲ ਏ ਨਹੀਂ ਸਮਝਿਆ, ਮੈਂ ਪਾਰਟੀ ਦਾ ਵਰਕਰ ਸਮਝਿਆ। ਮੈਂ ਤਾਂ ਇਸ ਲਈ ਇਹ ਕਹਿੰਦਾ ਵੀ ਜੇ ਪਾਰਟੀ ਹਾਈ ਪਾਰਟੀ ਨਾਲ ਜਦੋਂ ਵੀ ਜਾਏਗੀ ਆਪਾਂ ਪਾਰਟੀ ਨਾਲ ਚੱਲਣਾ। ਔਰ ਮੋਦੀ ਜੀ ਪ੍ਰਧਾਨ ਮੰਤਰੀ ਬਣਨੇ ਚਾਹੀਦੇ, ਉਹਦੇ ਵਾਸਤੇ ਅਸੀਂ ਜੋੜ ਐਮ ਪੀ ਮਤਲਬ ਕਿੰਨੇ ਕਰਦੇ ਰਹੇ। ਲੇਕਿਨ ਠੀਕ ਹੈ ਕੋਈ ਕਮੀ ਪਿੱਛੇ ਰਹੀ ਹੈਗੀ ਹੈ, ਲੇਕਿਨ ਆਉਣ ਵਾਲੇ ਟਾਈਮ 'ਚ ਅਸੀਂ ਉਹ ਕਮੀਆਂ ਪਿੱਛੇ ਦੂਰ ਕਰਾਂਗੇ। ਜਿਹੜੀ ਜਿਹੜੀ ਕੋਈ ਕਮੀ ਪਿੱਛੇ ਜੋ ਲੋਕਾਂ ਦੀ ਡਿਮਾਂਡ ਇੱਕ ਇੱਕ ਡਿਮਾਂਡ ਪੂਰੀ ਕਰਾਂਗੇ। ਹੋਰ ਤੁਸੀਂ ਦੇਖੋ ਸੁਜਾਨਪੁਰ, ਸੁਜਾਨਪੁਰ 'ਚ ਜਿਸ ਵੇਲੇ ਮੈਂ ਐਮ ਐਲ ਏ ਸਾ ਉਸ ਵੇਲੇ ਦੇਖੋ ਕਿੰਨੇ ਕੰਮ ਹੋਏ ਨਾ। ਕਦੀ ਕਾਲਜ ਨਹੀਂ ਬਣਿਆ, ਆਈ ਟੀ ਆਈ ਬਣਿਆ, ਠੀਕ ਹੈ ਜੀ, ਲੀਚੀ ਜ਼ੋਨ ਬਣਿਆ, ਸਟੇਡੀਅਮ ਬਣਿਆ, ਸਾਰੇ ਕੰਮ ਹੋਏ ਉਸ ਵੇਲੇ। ਨਵੀਆਂ ਸੜਕਾਂ ਬਣੀਆਂ, ਅੱਜ ਤਾਂ ਰਿਪੇਅਰ ਵੀ ਸੜਕਾਂ ਹੋਈ ਕਰਦੀਆਂ। ਇਸ ਕਰਕੇ ਆਪਣਾ ਕੋਈ ਨੁਮਾਇੰਦਾ ਬਣੇ ਨਾ ਜੀ ਲੋਕਲ, ਜਿੱਦਾਂ ਪਾਰਟੀ ਹਾਈਕਮਾਂਡ ਦਾ ਮਨ 'ਚ ਇਹ ਵੀ ਲੋਕਲ ਕੈਂਡੀਡੇਟ ਜਾਣਾ, ਅਤੇ ਉਹਦੇ ਕੰਮ ਹੋਣੇ ਹੋਣੇ ਨੇ। ਔਰ ਲੋਕਾਂ ਦੀ ਹਰ ਇੱਕ ਡਿਮਾਂਡ ਪੂਰੀ ਕਰਾਂਗੇ ਜਿੱਦਾਂ ਮਰਜ਼ੀ ਕਰਕੇ। ਪੰਜਾਬ 'ਚ ਕਿਸਾਨ ਧਰਨੇ ਬੈਠੇ, ਬੀਜੇਪੀ ਨੁਕਸਾਨ ਹੋ ਗਿਆ। ਦੇਖੋ ਆਪਾਂ ਕਿਸਾਨ, ਮੈਂ ਵੀ ਕਿਸਾਨ ਹਾਂ, ਪਾਰਟੀ ਹਾਈਕਮਾਂਡ ਨੇ ਪੰਜ ਫਸਲਾਂ 'ਤੇ ਐਮ ਐਸ ਪੀ ਕਿਹਾ ਵੀ ਦੇਣੀ, ਔਰ ਉਹ ਪੰਜ ਫਸਲਾਂ 'ਤੇ ਐਮ ਐਸ ਪੀ ਦੇਣ ਦੇ ਵੀ ਤਿਆਰ ਹੈ। ਬਾਕੀ ਹੋਰ ਜਿਹੜੀਆਂ ਫਸਲਾਂ ਕਹਿੰਦੇ ਨੇ ਅਸੀਂ ਪਾਰਟੀ ਦਿੱਲੀ ਹਾਈਕਮਾਂਡ ਨਾਲ ਗੱਲ ਕਰਨੇ, ਕਿਸਾਨਾਂ ਦੇ ਅਸੀਂ ਨਾਲ ਹੈ, ਹਮੇਸ਼ਾ ਨਾਲ ਹੈ। ਲੇਕਿਨ ਕੁਛ ਲੋਕ ਪੰਜਾਬ ਦਾ ਮਾਹੌਲ ਖਰਾਬ ਕਰੇ ਕਿਤੇ, ਔਰ ਖਾਸ ਕਰ ਦੇਖੋ ਪੰਜਾਬ ਦਾ ਇੰਨਾ ਬੁਰਾ ਹਾਲ ਆ, ਜੇ ਕੋਈ ਸਾਰੀ ਇੰਡਸਟਰੀ ਚੱਲ ਗਈ ਇੱਥੇ ਕੋਈ ਕੰਮ ਨਹੀਂ ਹੋਇਆ ਕਰਦਾ। ਆਪਾਂ ਚਾਹੁੰਦੇ ਹਾਂ ਕਿ ਪੰਜਾਬ 'ਚ ਅਮਨ ਸ਼ਾਂਤੀ ਹੋਣੀ ਚਾਹੀਦੀ ਹੈ। ਡਰੱਗਸ ਦਾ ਦੇਖੋ ਕਿੰਨਾ ਵੱਡਾ ਇਸ਼ੂ ਹੈ, ਆਪਣੇ ਜਿਹੜਾ ਇਹ ਹੈ ਰੇਤ ਬਜੇ ਦਾ ਇਸ਼ੂ ਹੈ, ਕੋਈ ਮਸਲਾ ਹੱਲ ਨਹੀਂ ਹੋਇਆ। ਅੱਜ ਆਪਣਾ ਐਮ ਪੀ ਇੱਥੋਂ ਬਣਦਾ, ਕੋਈ ਮੁਸ਼ਕਿਲ ਨਹੀਂ, ਸਾਰੇ ਸੈਂਟਰ ਸਰਕਾਰ ਸਾਡੀ ਬਣਨੀ ਹੈ ਮੋਦੀ ਜੀ ਨਾਲ। ਕਿਹੜੇ ਮੁੱਦੇ ਲੈ ਕੇ ਚੱਲੋਗੇ? ਦੇਖੋ ਸਭ ਤੋਂ ਪਹਿਲੇ ਇਹ ਹੈ ਕਿ ਕੋਈ ਨਾ ਕੋਈ ਹੈਲਥ ਬਾਰੇ ਪੀ ਜੀ ਆਈ ਬਿਜੀ ਸੈਂਟਰ ਸੈਂਟਰ ਰੱਖਣਾ ਚਾਹੀਦਾ। ਐਜੂਕੇਸ਼ਨ ਬਾਰੇ ਹੈ, ਹੈਲਥ ਬਾਰੇ ਹੈ,